ਸਾਡੇ ਵੱਲੋਂ ਜੀ ਪੰਜਾਬ ਪੁਲਿਸ ਵੱਲੋਂ ਸੈਕਿੰਡ ਲਾਈਨ ਆਫ ਡਿਫੈਂਸ 'ਤੇ ਐਕਸਟਰਾ ਡਿਪਲੋਇਮੈਂਟ ਕਰਕੇ ਤਕਰੀਬਨ 100 ਆਫਿਸਰਸ ਦੀ ਐਕਸਟਰਾ ਡਿਪਲੋਇਮੈਂਟ ਕਰਕੇ ਪੂਰਾ ਸੈਕਿੰਡ ਲਾਈਨ ਆਫ ਡਿਫੈਂਸ ਜਿਹੜਾ ਡਿਸਟ੍ਰਿਕਟ ਫਿਰੋਜ਼ਪੁਰ 'ਚ ਪੈਂਦਾ ਉੱਥੇ ਅਸੀਂ ਕਵਰ ਕੀਤਾ ਇਹਨੂੰ ਤਕਰੀਬਨ 100 ਆਫਿਸਰ ਸਾਡੇ 15 ਅਲੱਗ ਅਲੱਗ ਜਗ੍ਹਾ 'ਤੇ ਲੱਗੇ ਹੋਏ ਆ ਜਿੱਥੇ ਪੱਕਾ ਨਾਕਾ ਹੈ ਅਤੇ ਸਾਡੇ ਕੁਛ ਮੋਬਾਈਲ ਨਾਕੇ ਵੀ ਹੈ ਜਿਹੜੇ ਚੇਂਜ ਕਰ ਕਰਕੇ ਸਰਪ੍ਰਾਈਜ਼ ਚੈਕਿੰਗ ਸਾਰੀ ਜਗ੍ਹਾ ਕਰਦੇ ਹੈ। ਇਸ ਤੋਂ ਇਲਾਵਾ ਜਿਹੜੇ ਇਹਨਾਂ 'ਚੋਂ ਹੋਰ ਆਫਿਸਰਸ ਨੇ ਪੂਰੇ ਡਿਸਟ੍ਰਿਕਟ ਦੀ ਜਿਹੜੀ ਮੇਨ ਰੋਡਸ ਪੈਂਦੀਆਂ GT ਰੋਡ, ਸਟੇਟ ਹਾਈਵੇਜ਼, ਨੈਸ਼ਨਲ ਹਾਈਵੇਜ਼, ਉੱਥੇ ਵੀ ਅਸੀਂ RRPRS ਗੱਡੀਆਂ ਦੇ ਥਰੂ ਉਹਨਾਂ ਨੂੰ ਕਵਰ ਕੀਤਾ ਹੈ। ਅਤੇ ਜਿਹੜੀ ਐਕਸਟਰਾ ਡਿਪਲੋਇਮੈਂਟ ਹੈ ਇਸ ਕਰਕੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਜਿਹੜੀ ਬਾਰਡਰ ਤੋਂ ਐਮੀਨੇਟ ਹੋ ਰਹੀ ਹੈ ਉਹ ਕਿਤੇ ਵੀ ਅੱਗੇ ਜਾ ਕੇ ਕੋਈ ਸਮਾਨ, ਕੋਈ ਸਮਗਲਿੰਗ ਰੂਟਸ ਇੱਥੋਂ ਨਾ ਬਣ ਸਕਣ। ਅਤੇ ਸਾਨੂੰ ਜਿਹੜੇ ਆਪਣੇ ਡਿਪਲੋਇਮੈਂਟ ਹੋਈ ਹੈ ਲੋਕਾਂ ਵੱਲੋਂ ਵੀ ਬੜਾ ਅੱਛਾ ਰਿਸਪੋਂਸ ਮਿਲ ਰਿਹਾ ਅਤੇ ਕਾਫੀ ਇਹਦੇ ਨਾਲ ਫਰਕ ਵੀ ਹੈ। ਮੈਮ, ਜਿਹੜੇ ਬਾਰਡਰ ਦੀ ਗੱਲ ਕਰੀਏ, ਬਾਰਡਰ ਦੇ ਉੱਪਰ ਡਰੋਨਸ ਆਉਂਦੇ ਸੀਗੇ ਜਾਂ ਕੋਈ ਅੱਗੇ ਫੋਰਸ ਜਿਹੜੀ BSF ਲੱਗੀ ਹੈ, BSF ਕਰਦੀ, ਉਹਦੀ ਪੁਲਿਸ ਨਾਲ ਕਿੰਨੀ ਕੋਆਰਡੀਨੇਸ਼ਨ ਹੈ ਅਤੇ ਪੁਲਿਸ ਅੱਗੇ ਜਾ ਕੇ ਜਾਂ ਉਹ ਅੱਗੇ ਇਤਲਾਹ ਦੇ ਕੇ ਕਿੰਨਾ ਕਵਰ ਕਰ ਸਕਦੀ? ਸਾਡੀ ਜੀ BSF ਅਤੇ ਆਰਮੀ ਅਥਾਰਟੀਜ਼ ਨਾਲ ਪੂਰੀ ਕੋਆਰਡੀਨੇਸ਼ਨ ਹੈ। ਇਹ ਜਿਹੜੇ ਨਾਕਾ ਪੁਆਇੰਟਸ, ਪਿਕਟਸ ਅਸੀਂ ਬਣਾਏ ਹੈ BSF ਨਾਲ ਕੋਆਰਡੀਨੇਸ਼ਨ 'ਚ ਬਣਾਏ ਹੈ, ਸਾਰੇ ਪੁਆਇੰਟਸ ਜਾਂ ਤਾਂ ਪੰਜਾਬ ਪੁਲਿਸ ਜਾਂ BSF ਵੱਲੋਂ ਕਵਰ ਹੈ, ਕੋਈ ਵੀ ਇਸ ਤਰ੍ਹਾਂ ਦਾ ਪੁਆਇੰਟ ਨਹੀਂ ਹੈ ਜਿਹੜਾ ਨਹੀਂ ਕਵਰ ਹੋਇਆ। ਤਾਂ ਜਿਹੜੇ ਬਾਰਡਰ ਤੋਂ ਰੂਟਸ ਨਿਕਲਦੇ ਆ ਕੇ ਜਿਹੜੀ ਵੀ ਰੋਡਸ 'ਤੇ ਚੜ੍ਹਦੇ ਆ, ਸਾਰੀ ਜਗ੍ਹਾ ਸਾਡੀ ਕਵਰਡ ਹੈ। ਪੁਆਇੰਟਸ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸੀਕ੍ਰੇਟ ਸਾਡਾ ਆਪਰੇਸ਼ਨ ਹੈ, ਬਟ ਇਹ ਪਰਮਾਨੈਂਟਲੀ ਕਵਰਡ ਹੈ ਔਰ ਕੁਝ ਮੋਬਾਈਲ ਪੈਟਰੋਲਿੰਗ ਨਾਲ BSF ਨਾਲ ਮਿਲ ਕੇ ਅਸੀਂ ਸਾਰਾ ਕਵਰ ਕਰ ਰਹੇ ਹਾਂ। ਅਤੇ ਕੋਈ ਵੀ ਡਰੋਨ ਐਕਟੀਵਿਟੀ ਜਿਹੜੀ ਹੁੰਦੀ ਹੈ ਇਮੀਡੀਏਟਲੀ ਅਸੀਂ ਜਾ ਕੇ ਚੈਕਿੰਗ ਕਰਾਉਂਦੇ ਹਾਂ ਅਤੇ ਇਹ ਸ਼ੋਰ ਕੀਤਾ ਜਾਂਦਾ ਕਿ ਕੋਈ ਵੀ ਇੱਥੋਂ ਲੀਕੇਜ ਨਾ ਹੋ ਸਕੇ। ਇਹ ਬਾਰਡਰ ਏਰੀਆ 'ਚ ਕਿੰਨੀਆਂ ਤਰ੍ਹਾਂ ਦੇ ਮੈਡਮ ਨਾਕੇ ਲਾਏ ਗਏ ਆ ਜਾਂ ਟੈਂਟ ਲਾ ਕੇ ਤੁਸੀਂ? ਜਿਵੇਂ ਮੈਂ ਦੱਸ ਰਹੀ ਹਾਂ ਕਿ 15 ਜਿਹੜੇ ਆ ਪਰਮਾਨੈਂਟ ਪਿਕਟ ਸਾਡੇ ਲੱਗੇ ਹੋਏ ਆ, ਟੈਂਟ ਲਾ ਕੇ ਤੁਸੀਂ ਦੇਖ ਸਕਦੇ ਹੋ ਚੰਗੀ ਡਿਪਲੋਇਮੈਂਟ ਹੈ, ਨਾਕਾ ਲੱਗਿਆ ਹੋਇਆ ਹੈ। ਪੂਰੇ ਡਿਸਟ੍ਰਿਕਟ 'ਚ 15 ਇਸ ਤਰ੍ਹਾਂ ਦੇ ਆ ਅਤੇ 15 ਸਾਡੀ ਮੋਬਾਈਲ ਪੈਟਰੋਲਿੰਗਸ ਹੈ ਜਿਹੜੀ ਬਾਈਕਸ 'ਤੇ ਮੋਬਾਈਲ ਪੈਟਰੋਲਿੰਗ ਰਹਿੰਦੀ ਹੈ ਅਤੇ ਉਹ ਕਿਤੇ ਵੀ ਸਰਪ੍ਰਾਈਜ਼ ਚੈਕਿੰਗ ਕਰਕੇ ਕਿਤੇ ਵੀ ਆਪਣਾ ਨਾਕਾ ਸੈਟਅਪ ਕਰਕੇ ਉਹ ਚੈਕਿੰਗ ਕਰ ਰਹੇ ਹੈ ਅਤੇ ਉਹਨਾਂ ਨਾਲ BSF ਦੇ ਆਫੀਸ਼ੀਅਲਸ ਵੀ ਨਾਲ ਉਹਨਾਂ ਦੇ ਚੈਕਿੰਗ ਕਰਦੇ ਹਨ।